ਤਿੰਨ ਸਾਲ ਹੋ ਗਏ ਮੈਡਮ ਦਵਾਈ ਦਿੰਦੇ ਕੁੜੀ ਨੂੰ, ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਹੈ, ਬੱਚੇ ਨੂੰ ਨਹੀਂ ਭੁੱਲ ਦਿੰਦੇ। ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇਲਾਜ ਲਈ ਆਏ ਬੱਚੇ ਦੇ ਡਾਕਟਰ ਦੇ ਵੱਲੋਂ ਐਕਸਪਾਇਰ ਟੀਕਾ ਲਗਾ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਣ ਤੇ ਬੱਚੇ ਦੇ ਮਾਪੇ ਭੜਕ ਉੱਠੇ ਤੇ ਹਸਪਤਾਲ ਦੇ ਵਿੱਚ ਹੰਗਾਮਾ ਕਰਨ ਲੱਗੇ। ਘਟਨਾ ਤੋਂ ਬਾਅਦ ਡਾਕਟਰ ਆਪਣੀ ਗਲਤੀ ਮੰਨਦਾ ਨਜ਼ਰ ਆਇਆ, ਲੇਕਿਨ ਬੱਚੇ ਦੇ ਮਾਪਿਆਂ ਦਾ ਆਖਣਾ ਸੀ ਕਿ ਜੇਕਰ ਕੋਈ ਅਨਹੋਣੀ ਵਾਪਰ ਜਾਂਦੀ ਤਾਂ ਭਰਪਾਈ ਕਿੰਜ ਹੋਣੀ ਸੀ। ਤਿੰਨ ਸਾਲ ਹੋ ਗਏ ਮੈਡਮ ਦਵਾਈ ਦਿੰਦੇ ਕੁੜੀ ਨੂੰ, ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਹੈ, ਬੱਚੇ ਨੂੰ ਨਹੀਂ ਭੁੱਲ ਦਿੱਤਾ। ਡਾਕਟਰ ਤਰਸੇਮ ਨੇ ਖੁਦ ਕਿਹਾ ਮੈਨੂੰ ਇਹ ਗੱਲ, ਕਹਿੰਦਾ ਆਪਣੀ ਰੋਟੀ ਛੱਡ ਦਿਓ, ਬੱਚੇ ਨੂੰ ਜਿੱਦਣ ਤੁਸੀਂ ਦਵਾਈ ਨਾ ਦਿੱਤੀ ਉੱਧਰ ਬੱਚੇ ਨੂੰ ਦੌਰੇ ਪੈਣੇ ਆ, ਉੱਧਰੋਂ ਦੀ ਮੌਤ ਹੋ ਜੂਗੀ। ਸੋ ਸੇਮ ਪ੍ਰੋਬਲਮ ਉਸੇ ਬੱਚੇ 'ਚ ਸੇਮ ਪ੍ਰੋਬਲਮ ਉਹ ਕੁੜੀ ਨੂੰ ਆਈ ਆ, ਜਾਂ ਉਹਨੂੰ ਸਾਰੀ ਟੀਕਾ ਲਾ ਦਿੱਤਾ। ਬੱਚਾ ਮੇਰੇ ਕੋਲ ਆਇਆ ਸੀ ਹੈ ਨਾ, ਉਸ ਵੇਲੇ ਨਾ ਬੱਚਾ ਅੱਖਾਂ ਪੁੱਠੀਆਂ ਵਗੈਰਾ ਸੀ, ਅਤੇ ਮਤਲਬ ਦੌਰੇ ਦਾ ਪ੍ਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹਾਂ ਵੀ ਹੱਥ ਪਾਓ ਉੱਪਰ ਥੱਲੇ ਹੈ ਨਾ ਹਿਲਾ ਰਿਹਾ ਸੀ ਹੈ ਨਾ, ਦੌਰੇ 'ਤੇ ਆਪਣਾ ਰਿਸਪੋਂਸ ਨਹੀਂ ਕਰ ਰਿਹਾ ਸੀ ਹੈ ਨਾ। ਤੋ ਉਸ ਹਿਸਾਬ ਨਾਲ ਹੈ ਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹੈ ਨਾ ਉਹਨੂੰ ਜਿਵੇਂ ਦੌਰੇ ਦੀ ਦਵਾਈ ਹੁੰਦੀ ਹੈ ਨਾ ਉਹ ਮੈਂ ਦਿੱਤੀ ਸੀ, ਠੀਕ ਹੈ। ਉਹ ਸਟਾਫ ਨੇ ਹੈ ਨਾ ਅੰਦਰੋਂ ਕੱਢ ਕੇ ਦਿੱਤੀ ਅਤੇ ਉਹ ਬਾਈ ਚਾਂਸ ਹੈ ਨਾ ਐਕਸਪਾਇਰੀ ਵਾਲੀ ਸੀ ਜੀ। ਤੋ ਡਾਕਟਰ ਸਾਹਿਬ ਜਿਹੜਾ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ, ਕੀ ਉਹਦਾ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਅੱਜ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ? ਨਹੀਂ ਵੈਸੇ ਤਾਂ ਨਹੀਂ, ਕਿਉਂਕਿ ਇਹ ਹੈ ਨਾ ਕੋਈ ਰਿਐਕਸ਼ਨ ਵਗੈਰਾ ਹੁੰਦਾ ਉਹ ਵਿਦ ਇਨ 15-20 ਮਿੰਟ ਜਾਂ ਹਾਫ ਐਨ ਆਰ ਆ ਜਾਂਦਾ, ਠੀਕ ਹੈ ਠੀਕ ਹੈ ਨਾ। ਲੇਕਿਨ ਆਮ ਤੌਰ 'ਤੇ ਹੈ ਨਾ ਜਿਵੇਂ ਬੱਚੇ ਨੇ 2-3 ਵਾਰੀ ਪਿਸ਼ਾਬ ਕਰ ਲਿਆ, ਖੁੱਲ੍ਹ ਕੇ ਕਰ ਲਿਆ ਨਾ, ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ, ਸਾਨੂੰ ਵਿਚਕਾਰ ਹੀ ਪਤਾ ਲੱਗਿਆ ਸੀ, ਆਪਾਂ ਵਿਚਕਾਰ ਹੀ ਬੰਦ ਕਰਕੇ ਉਹਨੂੰ ਨਾਲ ਹੀ ਫਰੂਟ ਵਗੈਰਾ ਦੇ ਦਿੱਤਾ ਜੀ ਹੈ ਨਾ, ਕਿ ਪਿਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲ ਜਾਏ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ? ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ। ਹਾਂ ਕੋਈ ਉਹਨੂੰ ਵੈਸੇ ਹੈ ਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈ ਨਾ 48-72 ਘੰਟੇ ਦੇ ਵਿੱਚ, ਫਿਰ ਕੋਈ ਦੌਰਾ ਆਉਂਦਾ ਹੈ ਨਾ ਜਿਹੜੀ ਉਹ ਦਿਮਾਗ ਵਾਲੀ ਗੱਲ, ਉਹ ਉਹਦੇ ਨਾਲ ਖਤਰਾ ਹੋ ਸਕਦਾ ਹੈ ਨਾ ਟੀਕੇ ਨਾਲ। ਨਹੀਂ ਦੇਖੋ ਇਹ ਇੱਕ ਹਿਊਮਨ ਐਰਰ ਹੈਗਾ ਹੈ ਨਾ, ਜ਼ਰੂਰ ਕਰਨਾ ਚਾਹੀਦਾ ਸੀ ਹੈ ਨਾ, ਔਰ ਉਹਦੇ ਵਿੱਚ ਹੈ ਨਾ ਕੋਈ ਦੋ ਰਾਏ ਨਹੀਂ ਹੈਗੀ। ਆਪਣੇ ਸਟਾਫ ਦੇ ਖਿਲਾਫ ਜਿਨ੍ਹਾਂ ਵੱਲੋਂ ਅਣਗਹਿਲੀ ਵਰਤੀ ਗਈ ਉਹਨਾਂ ਖਿਲਾਫ ਕਾਰਵਾਈ ਕਰੋਗੇ ਤੁਸੀਂ? ਜੀ ਠੀਕ। ਇੱਕ ਡਾਕਟਰ ਸਾਹਿਬ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਹੈ ਉਹ 10ਵੀਂ ਪਾਸ ਹੈ ਸਰ, ਬੇਸਿਕਲੀ ਡਿਜ਼ਰਵ ਕਰਦਾ ਹੈ ਉਸ ਚੀਜ਼? ਨਹੀਂ ਨਹੀਂ ਹੈ ਨਾ ਸਰ, ਉਹ ਨਾ ਥੋੜ੍ਹਾ ਹੈ ਨਾ ਟ੍ਰੇਨਡ ਬੰਦਾ ਹੈ ਨਾ, ਜਿਵੇਂ ਹੈ ਨਾ ਇੱਕ ਥਾਂ 'ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ, ਬਾਕੀ ਹੈ ਨਾ ਸਾਡਾ ਫਾਰਮਾਸਿਸਟ ਹੈਗਾ ਹੈ ਨਾ ਉਹ ਆਉਂਦਾ ਹੈ ਨਾ ਉਹਦੇ ਥੱਲੇ ਉਹ ਟ੍ਰੇਨ ਹੋ। ਹੁਣ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹੈ ਨਾ, ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ, ਕੋਈ ਕੁਛ ਗਿਆ, ਤਾਂ ਇਸ ਕਰਕੇ ਇਹ ਬਾਈ ਚਾਂਸ ਵਾਪਰ ਗਿਆ। ਉੱਥੇ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਵੱਲੋਂ ਐਕਸਪਾਇਰੀ ਦਵਾਈਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਹਸਪਤਾਲ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਜੋਗਿੰਦਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਜੀ, ਇਹ ਵਸੀ ਧਨੋਵਾ ਅਟਾਰੀ ਤੋਂ ਨੇ ਜੀ। ਇਹ ਇਹਨਾਂ ਦੀ ਬੇਟੀ ਹੈ ਮਹਿਰਾਬ, ਮਹਿਰਾਬ ਕੌਰ 11 ਮਹੀਨੇ ਏਜ ਹੈ। ਉਹਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਘਰ ਖੇਡਦੇ ਹਾਂਜੀ, ਉਹਨੂੰ ਲੈ ਕੇ ਇੱਥੇ ਨਾਲ ਮਹਾਜਨ ਹੋਸਪਿਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ, ਠੀਕ ਹੈ। ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦਿਆਂ ਕੋਈ ਪ੍ਰੋਬਲਮ ਆਈ ਹੈ, ਠੀਕ ਹੈ। ਉਹ ਮੈਡੀਕਲ ਟੀਮ ਜਿਹੜੀ ਆ ਆਈ ਹੈ, ਉਹ ਸਰ ਦੇਖ ਰਹੀ ਹੈ ਸਾਰਾ, ਠੀਕ ਹੈ ਜੀ। ਉਹ ਦੇਖਣ ਤੋਂ ਬਾਅਦ ਅਸੀਂ ਜਿਹੜੀ ਸਾਨੂੰ ਜੋਗਿੰਦਰਪ੍ਰੀਤ ਕੌਰ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ, ਠੀਕ ਹੈ। ਮੈਡੀਕਲ ਟੀਮ ਸਾਨੂੰ ਜੋ ਵੀ ਲੀਗਲੀ ਰਾਏ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ
ਕਹਿੰਦੇ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਇਆ ਗਿਆ ਜਿਹੜੀ ਉਹਦੀ ਹਾਲਤ ਵੀ ਬਿਲਕੁਲ ਜੀ ਬਿਲਕੁਲ ਉਹ ਦੱਸ ਰਹੇ ਨੇ ਜੀ ਕਿ ਮਾਰਚ 24 'ਚ ਜਿਹੜਾ ਇੰਜੈਕਸ਼ਨ ਲਾਇਆ ਉਹ ਐਕਸਪਾਇਰ ਹੋ ਚੁੱਕਾ ਸੀ ਜੀ ਉਹ ਜਿਹੜਾ ਵਾ ਉਹ ਮੈਡੀਕਲ ਟੀਮ ਉਹਨੂੰ ਦੇਖੇਗੀ ਠੀਕ ਹੈ ਕੁਨਾਲ ਮਹਾਜਨ ਹੋਸਪਿਟਲ ਹੈ ਜੀ ਟੀ ਰੋਡ ਅੰਮ੍ਰਿਤਸਰ ਤੋਂ ਜੀ ਉਹਨਾਂ ਦੀ ਕੋਈ ਕੰਪਲੇਂਟ ਆਈ ਸੀ ਜੀ ਕਿ ਉਹ ਬੱਚੇ ਨੂੰ ਕੋਈ ਐਕਸਪਾਇਰ ਮੈਡੀਸਨ ਲਗਾਈ ਗਈ ਹੈ ਉਹਦੇ ਸਿਲਸਿਲੇ 'ਚ ਅਸੀਂ ਇੱਥੇ ਆਏ ਸੀਗੇ ਇਨਵੈਸਟੀਗੇਸ਼ਨ ਦੌਰਾਨ ਵੇਖਿਆ ਗਿਆ ਸੀ ਹੋਰ ਵੀ ਇੱਥੇ 3 ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈਆਂ ਗਈਆਂ ਨੇ ਉਹ ਅਸੀਂ ਸੀਜ਼ ਕਰ ਲਈਆਂ ਅਤੇ ਬਾਕੀ ਅਸੀਂ ਰਿਪੋਰਟ ਬਣਾ ਕੇ ਆਪਣੀ ਐਕਸ਼ਨ ਜਿਹੜਾ ਉਹ ਕਰਨਾ ਉਹ ਯੂਜ਼ ਹੋ ਚੁੱਕਾ ਸੀਗਾ ਕੰਜ਼ੂਮ ਹੋ ਚੁੱਕਾ ਸੀਗਾ ਉਹਦੇ ਨਾਲ ਦਾ ਕੋਈ ਹੋਰ ਸਟੋਕ ਨਹੀਂ ਸੀ ਇਹਨਾਂ ਕੋਲ ਪਿਆ ਬਿਲਹਾਲ ਉਸ ਸਟੋਕ ਦਾ ਵੀ ਉਹ ਕੋਈ ਪਰਚੇਜ ਰਿਕਾਰਡ ਸਾਨੂੰ ਨਹੀਂ ਦਿਖਾ ਪਾਏ ਜੋ ਕਾਰਵਾਈ ਕਾਨੂੰਨ ਦੇ ਮੁਤਾਬਕ ਬਣਦੀ ਹੋਈ ਇਹਨਾਂ ਦੇ ਅਗੇਂਸਟ ਹੋਏਗੀ ਅਤੇ ਰਿਪੋਰਟ ਕਰ ਦਾਂਗੇ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਦੀ ਪੁਲਿਸ ਵੀ ਆਪਣਾ ਕੰਮ ਕਰੇਗੀ ਜੀ